ਭਰੀਆਂ ਹੋਈਆਂ ਸੀ। ਘੜੇ ਸਾਡੇ ਦੇਖੋ ਇਹ ਵੀ ਸਾਰੇ ਖਰਾਬ ਹੋਏ ਪਏ ਨੇ। ਉਹ ਬਾਲਟੀ ਭਰੀ ਗਈ ਸੀ, ਅੱਲਾ ਦੀ ਬੰਦੀ ਹੈ ਬੰਦ ਕਰ ਦਿੰਦੀ, ਚੇਤਾ ਹੀ ਨਹੀਂ ਰਿਹਾ। ਹਾਂ ਚਲੋ ਮੈਂ ਫਿਰ ਜਾ ਕੇ ਪਾਣੀ ਲੈ ਆਉਂਦਾ ਹੈ। ਅਲਹਮਦੁਲਿਲਾ ਜੀ, ਘਰ ਦੀ ਸਫਾਈ ਜਿਹੜੀ ਹੈ ਨਾ ਸਾਰੀ ਕਰ ਲਈ ਆ, ਔਰ ਕੜੇ ਮਿੱਟੀ ਜਿਹੜੀ ਹੈ ਨਾ ਇੰਨੀ ਬਾਰਿਸ਼ ਹੋਈ ਨਾ ਜਿਹਦੀ ਵਜ੍ਹਾ ਤੋਂ ਮਿੱਟੀ ਸਾਰੀ ਦੀਵਾਰਾਂ ਦਾ ਖੋਲ ਖੋਲ ਕੇ ਚਾਰ ਕੜਾਹੀ ਮਿੱਟੀ ਦੇ ਬਣ ਗਏ, ਜਿਹ 'ਚ ਹੁਣ ਦੂਸਰਾ ਤਿੰਨ ਸੁੱਟ ਦਿੱਤੇ ਆ, ਚੌਥਾ ਵਾ ਹਜੇ ਆ ਲਾ ਹਜੇ ਹੋਲ ਹੋ ਜਾਣਾ। ਦੇਖੋ ਜੀ ਅਲਹਮਦੁਲਿਲਾ ਸਫਾਈ ਤਾਂ ਮੈਂ ਕਰ ਲਈ, ਹਾਲੇ ਮੇਰਾ ਕੱਚਾ ਥੋੜ੍ਹਾ ਜਿਹਾ ਰਹਿੰਦਾ ਸੁੱਟਣ ਵਾਲਾ, ਅਤੇ ਦੇਖੋ ਹਨੇਰੀ ਵੀ ਆਉਣ ਸ਼ੁਰੂ ਹੋ ਗਈ ਆ, ਹੁਣ ਫਿਰ ਘਰ ਦਾ ਉਹੀ ਹਾਲ ਹੋ ਜਾਣਾ ਜਿਹੜਾ ਪਹਿਲੇ ਸੀ। ਬਾਰਿਸ਼ ਅਤੇ ਹਨੇਰੀ ਦੇ ਨਾਲ ਨਾ ਜਿਹੜੇ ਬਰਤਨ ਸਾਰੇ ਨਾ ਮਿੱਟੀ ਨਾਲ ਭਰੇ ਪਏ ਸੀਗੇ, ਧੋਤੇ ਹੋਏ ਸੀ, ਫਿਰ ਗੰਦੇ ਹੋ ਗਏ ਸੀ, ਹੁਣ ਸਾਰੇ ਮੈਂ ਧੋ ਦੇ, ਸਿਰਫ ਹਜੇ ਮੇਰੀ ਇੱਕ ਟੋਕਰੀ ਜਿਹੜੀ ਨਾ ਧੋਣ ਵਾਲੀ ਪਈ ਹੈ। ਹਜੇ ਮੇਰੇ ਘੜੇ ਕਲਵੰਜੀ ਅਤੇ ਇਹ ਵੀ ਧੋਣ ਵਾਲੀ ਪਈ ਆ, ਅਤੇ ਫਿਰ ਇਹਨਾਂ ਨੇ ਬੋਰੀਆਂ ਧੋ ਕੇ ਉਹ ਪਾ ਕੇ ਪਾਣੀ ਭਰ ਕੇ ਰੱਖਣਾ ਵਾ ਘੜਿਆਂ ਦੇ ਵਿੱਚ, ਫਿਰ ਮੇਰੇ ਜਿਹੜੇ ਮੂੜੇ ਉਹਨਾਂ ਨੂੰ ਵੀ ਧੋ ਸਾਫ਼ ਸੁਥਰਾ ਕਰਨਾ ਵਾ, ਧੋਣਾ ਤਾਂ ਨਹੀਂ ਧੋਣਾ, ਮੈਂ ਸੁਬਾਹ ਇਹਨੂੰ ਸ਼ਾਲਾ ਧੋਊਂਗੀ ਕਿਉਂਕਿ ਧੁੱਪ ਹੋ ਗਈ ਨਾ ਅਤੇ ਧੁੱਪੇ ਰਾਤ ਨੂੰ ਸੁੱਕ ਜੂਗੀ, ਹੁਣ ਧੋਤੇ ਨਾ ਤਾਂ ਫਿਰ ਮੈਂ ਇਸਤੇਮਾਲ ਵੀ ਕਰਨੇ ਆ ਅਤੇ ਫਿਰ ਇਸ ਕਰਕੇ ਗਿੱਲੇ ਹੋਣਗੇ। ਹਨੇਰੀ ਦੀ ਵਜ੍ਹਾ ਤੋਂ ਨਾ ਮੈਂ ਖਾਣਾ ਛਾਣਾ ਨਹੀਂ ਬਣਾਇਆ ਹੈਗਾ, ਅਤੇ ਹੁਣ ਜਿਹੜਾ ਨਾ ਹਨੇਰੀ ਵੀ ਰੁਕ ਗਈ ਹੈ, ਅਤੇ ਹੁਣ ਜਿਹੜਾ ਖਾਣਾ ਛਾਣਾ ਬਣਾਵਾਂਗੇ ਕਿਉਂਕਿ ਹਨੇਰੀ ਦੀ ਵਜ੍ਹਾ ਤੋਂ ਮੇਰਾ ਖਾਣਾ ਜਿਹੜਾ ਨਾ ਉਹ ਲੇਟ ਹੋ ਗਿਆ। ਮਾਸ਼ਾਅੱਲਾ ਜੀ, ਘੜੇ ਔਰ ਕਲਵੰਜੀਆਂ ਜਿਹੜੀਆਂ ਨਾ ਧੋਤੀਆਂ ਗਈਆਂ ਅਤੇ ਰਹਿ ਗਏ ਸਿਰਫ ਇਹਨਾਂ ਦੀਆਂ ਜਿਹੜੀਆਂ ਬੋਰੀਆਂ ਨਾ ਉਹ ਧੋ ਕੇ, ਤਾਂ ਕਿ ਪਾਣੀ ਜਿਹੜਾ ਠੰਡਾ ਰਹੂਗਾ।
ਪੌਦੀਆਂ ਵੀ ਅਲਹਮਦੁਲਿਲਾ ਧੋ ਲਈਆਂ ਵਾ, ਅਤੇ ਪਰ ਇਹਦਾ ਪਾਣੀ ਜਿਹੜਾ ਨਾ ਉਹ ਨਿਚੜ ਲਵੇ, ਫਿਰ ਉੱਥੇ ਰੱਖਾਂਗੇ, ਕਿਉਂਕਿ ਫਿਰ ਉੱਥੇ ਪਾਣੀ ਚੋ ਚੋ ਕੇ ਨਾ ਅਤੇ ਫਿਰ ਜ਼ਮੀਨ ਖਰਾਬ ਹੋ ਜਾਂਦੀ। ਅਲਹਮਦੁਲਿਲਾ ਜੀ ਹੁਣ ਹੋ ਗਈ ਹੈ, ਥੋੜ੍ਹਾ ਜਿਹਾ ਠੰਡਾ ਮੌਸਮ ਹੋ ਗਿਆ ਵਾ, ਇੰਨੀ ਕੁ ਛਾਂ ਨਹੀਂ ਚੁੱਲ੍ਹੇ ਦੇ ਅੱਗੇ, ਅਤੇ ਮੈਂ ਸੋਚਿਆ ਜੇ ਸਾਲਣ ਤਾਂ ਹੈ ਨਹੀਂ ਗਾ, ਤਾਂ ਹੁਣ ਸਾਲਣ ਬਣਾਉਂਦੇ ਹਾਂ, ਅਤੇ ਕੋਈ ਸਬਜ਼ੀ ਇਮਰਾਨ ਕਹਿੰਦੀ ਹੈ ਕਿ ਜਾ ਕੇ ਲੈ ਕੇ ਆਉਣ, ਨਾਲੇ ਹਰੀਆਂ ਮਿਰਚਾਂ ਅਤੇ ਟਮਾਟਰ ਵਗੈਰਾ ਵੀ ਖਤਮ ਹੋਏ, ਉਹ ਵੀ ਮੰਗਵਾਉਣੇ, ਅਤੇ ਫਿਰ ਜਿਹੜੀ ਹਾਂਡੀ ਹੈ ਇਨਸ਼ਾਅੱਲਾ ਬਹੁਤ ਮਜ਼ੇਦਾਰ ਜੀ ਬਣਾਵਾਂਗੇ, ਟਾਈਮ ਨਾਲ ਅੱਜ ਹਾਂਡੀ ਰੋਟੀ ਬਣਾ ਕੇ ਰੱਖ ਲੈਣੀ, ਕਿਉਂਕਿ ਇੰਨੀ ਕੁ ਛਾਂ ਆ ਜਾਵੇ ਇਹਨਾਂ, ਤਾਂ ਫਿਰ ਬੰਦਾ ਬਣਾ ਲਵੇ, ਕਿਉਂਕਿ ਹਵਸ ਅਤੇ ਗਰਮੀ ਬਹੁਤ ਪੈ ਰਹੀ ਹੈ। ਸਰਫ ਵੀ ਲੈਂਦੇ ਆਈਏ, ਜਦੋਂ ਆਪਾਂ ਟੂਰ 'ਤੇ ਗਏ ਹਾਂ ਤਾਂ ਕੱਪੜੇ ਸਪੜੇ ਕਾਫੀ ਜ਼ਿਆਦਾ ਹੋ ਗਏ ਧੋਣ ਵਾਲੇ, ਤਾਂ ਉੱਥੇ ਤਾਂ ਜਗ੍ਹਾ ਵੀ ਹੋਣੀ ਸੀ ਧੋਣ ਵਾਲੀ। ਰੰਗੀਲੀ ਵੀ ਤੱਫੀ ਪੈ ਗਈ, ਉਹ ਕੱਪੜਾ ਦਈਏ, ਮੋਟਰਸਾਈਕਲ 'ਤੇ ਮਿੱਟੀ ਕਾਫੀ ਆ ਗਈ, ਮਿੱਟੀ ਸਾਫ਼ ਕਰ ਲਓ। ਆਹ ਤਾਰ 'ਤੇ ਖੜੇ ਲਾ ਕੇ ਦੇ, ਆਹ ਮਿੱਟੀ, ਹਾਂ ਉਰਲੀ ਸਾਈਡ 'ਤੇ ਮਾਰ, ਉਰਲੀ ਸਾਈਡ 'ਤੇ। ਕਹਿੰਦਾ ਸਾ ਕਬੂਤਰ ਪਾਣੀ ਜਿਹੜਾ ਨਾ ਗਰਮ ਹੋਇਆ ਪਿਆ, ਹੈਂ ਇਹ ਚੇਂਜ ਕਰ ਦਿੱਤੇ, ਇਹ ਰੋਟੀਆਂ ਜਿਹਦੇ 'ਚ ਪਾਈਆਂ ਇਹਦੇ 'ਚ ਵੀ ਪਾਣੀ ਪਾ ਦੇ, ਤਾਂ ਕਿ ਹੁਣ ਪਰਿੰਦਿਆਂ ਦਾ ਟਾਈਮ ਹੋ ਗਿਆ ਹੈ, ਅਤੇ ਇਹ ਰੋਟੀ ਰੋਟੀ ਖਾ ਲੈਣਗੇ। ਇਹ ਗਰਮ ਪਾਣੀ ਹੋਇਆ ਗਿਰਾ ਕੇ ਨਾ ਤਾਜ਼ਾ ਮੋਟਰ ਚਲਾ ਕੇ ਠੰਡਾ ਪਾਣੀ ਕੱਢ ਕੇ ਪਾਈ ਹੈ। ਸਾਲਣ ਦੇ ਕਲਰ ਕੋਲ ਰਹਿੰਦਾ ਅੱਛਾ ਹੁੰਦਾ, ਚਲੋ ਦਾਦਣ ਮਿਰਚ ਵੀ ਦੇ ਦਿਓ ਅਤੇ ਚਿੱਲੀ ਪਾਊਡਰ ਵੀ ਦੇ ਦਿਓ। ਸਬਜ਼ੀ ਤਾਂ ਮੈਨੂੰ ਹੋਰ ਕੋਈ ਨਹੀਂ ਜੀ ਪਸੰਦ ਆਈ, ਮੈਂ ਆਹ ਘੀਆ ਤੋਰੀ ਲੈਣ ਲੱਗਾ, ਇਹਨੂੰ ਕਾਲੀ ਤੋਰੀ ਵੀ ਕਹਿੰਦੇ, ਉਸ ਤੋਂ ਇਲਾਵਾ ਟਮਾਟਰ, ਸਬਜ਼ ਮਿਰਚ, ਤੈਨੂੰ ਵੀ ਚਾੜ ਦਿਆਂ? ਅੱਛਾ ਚਲੋ ਤੂੰ ਵੀ ਚਾੜ ਗਿਆ। ਅਤੇ ਆਹ ਦੋ ਤਿੰਨ ਖੀਰੇ ਲੈ ਲਏ ਜੀ ਮੈਂ, ਭਾਈ ਮੈਨੂੰ ਕਹਿੰਦਾ ਮੈਨੂੰ ਵੀ ਵੀਡੀਓ 'ਚ ਪਾ ਦੇ, ਉਹ ਖੀਰਾ ਇੱਕ ਥੱਲੇ ਦੇਖ ਗਿਆ। ਆਹ ਯਾਰ ਛਾਪਰ ਥੋੜ੍ਹਾ ਵੱਡਾ ਨਹੀਂ ਹੈਗਾ, ਥੋੜ੍ਹਾ ਵੱਡਾ ਕਰਦੇ ਯਾਰ, 100 ਦਾ 1.5 ਕਿਲੋ ਚੁੰਮ ਲੈ ਜਾਣਾ, 2-3 ਕਿਲੋ। ਬੜੀ ਚਲਾਕ ਹੈ ਤੂੰ, ਹੈ ਸਹੀ ਦੱਸ ਕੀ ਖਾ ਰਹੀ ਸੀ? ਆਈਸਕ੍ਰੀਮ ਖਾ ਰਹੀ? ਅੱਗੇ ਤਾਂ ਦੰਦ ਤੇਰੇ ਖਰਾਬ ਹੋਏ ਪਏ, ਤੂੰ ਤੂੰ ਆਈਸਕ੍ਰੀਮਾਂ ਖਾਈ ਜਾ ਰਹੀ, ਸ਼ਰਮ ਆ ਰਹੀ ਹੈ? ਹੈਂ ਅੱਛਾ ਚੱਲ ਮੈਂ ਇਹ ਵੇਖਿਆ ਲੈ ਜਾਂਦਾ ਚਿੱਲੀ ਪਾਊਡਰ ਵੀ, ਚਿੱਲੀ ਪਾਊਡਰ ਕਹਿ ਰਿਹਾ, ਲਾਲ ਮਿਰਚ, ਅਤੇ ਆਹ ਸਬਜ਼ੀ, ਭਿੰਡੀ ਘੀਆ ਤੋਰੀ ਲਈ ਹੈ, ਹੋਰ ਤਾਂ ਸਬਜ਼ੀ ਕੋਈ ਹੈ ਹੀ ਨਹੀਂ, ਸਾਰੀਆਂ ਬਈਆਂ ਤਰਬਈਆਂ ਸਭ ਪਈਆਂ ਸੀ ਸਬਜ਼ੀਆਂ, ਪਤਾ ਨਹੀਂ ਕਦੋਂ ਦੀਆਂ। ਆਹ ਘੀਆ ਤੋਰੀ ਥੋੜ੍ਹੀ ਵੱਲ ਲੱਗੀ ਅਤੇ ਮੈਂ ਫਿਰ ਇਹ ਚੁੱਕ ਲਈ। ਲਸਣ ਕੋਈ ਨਹੀਂ ਹੈਗਾ, ਤੂੰ ਮੈਨੂੰ ਕਿਹਾ ਲਸਣ ਹੁਣ ਜੋਗਾ ਤਾਂ ਹੈ ਨਾ, ਚਲੋ ਫਿਰ ਲੈ ਲਵਾਂਗੇ। ਅੰਦਰ ਸੇਕ ਹੈਗਾ, ਇੱਥੇ ਚਲੋ ਹਵਾ ਲੱਗਦੀ ਪਈ ਮਾਸ਼ਾਅੱਲਾ, ਚੱਲ ਇੱਥੇ ਰੱਖ ਦੇ, ਹੁਣ ਇਹ ਬਿਹਤਰ ਪਾਣੀ ਪਿਲਾ, ਠੰਡਾ ਪਾਣੀ, ਇੱਦਾਂ ਨਹੀਂ ਸਾਫ਼ ਹੋਣੀ। ਕਮਲੀ ਨੇ ਵੀ ਮਿਰਚ, ਉੱਠ ਜਾ ਕੇ ਮੂੰਹ ਧੋ ਉੱਥੇ ਸਾਬਣ ਨਾਲ, ਉੱਠ ਤਾਂ ਇਹ ਬੜੀ ਤੇਜ਼ ਮਿਰਚ, ਉੱਠ ਉੱਠ ਛਾਵਾ ਛਾਵਾ ਜਾ ਕੇ ਸਾਬਣ ਨਾਲ ਮੂੰਹ ਧੋ, ਅੱਖਾਂ 'ਚ ਪਾਣੀ ਪਾ, ਤੈਨੂੰ ਦੱਸੀ ਵੀ ਜਾ ਰਿਹਾ ਫਿਰ ਮਿਰਚਾਂ ਵਾਲਾ ਥੱਲੇ, ਤੂੰ ਫਿਰ ਅੱਖਾਂ ਨੂੰ ਲਾ ਲਿਆ, ਹੈਂ ਕਮਲੀ ਨਾ ਹੋਏ ਤਾਂ। ਕਿਵੇਂ ਆਸਾਨ ਲੱਗੇ ਪਹਿਲਾਂ ਤਾਂ, ਸਸਤੀ ਕਿਉਂ ਪੀ ਪਾਣੀ, ਐਵੇਂ ਪੁੱਛਿਆ ਨਾ ਮੈਂ ਤੇਰੇ ਕੋਲ ਮੰਗਿਆ ਨਾ, ਮੈਂ ਮੰਗਿਆ ਤੇਰੇ ਕੋਲ ਪਾਣੀ, ਤੇ ਫਿਰ ਹੱਸਦੀ ਕਿਉਂ?
ਪਾਣੀ ਤੇ ਮੈਂ ਫੜ ਲੈਣਾ ਪਰ ਮੈਂ ਹਾਸਾ ਦੱਸ ਕਿਉਂ ਆਈ ਜਾਂਦਾ ਸਹੀ ਦੱਸ ਕਿਉਂ ਤੇ ਅੱਜ ਕਮਲੀ ਹੋ ਗਈ ਕਰੀ ਮੁਕੱਦਸ ਟੂਰ ਤੋਂ ਆ ਕੇ ਮੁਕੱਦਸ ਕਮਲੀ ਹੋ ਗਈ ਉਹਦਾ ਇੱਧਰ ਲਿਆ ਪਾਣੀ ਉੱਧਰ ਕਿਤੇ ਜੇ ਮੈਂ ਮੰਗਿਆ ਤਾਂ ਨਹੀਂ ਤਾਂ ਦੇ ਦੇ ਹੁਣ ਉੱਧਰ ਕਿਉਂ ਛੁੱਪ ਗਈ ਹੱਸ ਹੱਸ ਕੇ ਕੁਝ ਪਾਣੀ ਨਾ ਇਹ ਹੱਸਦੀ ਕਿਉਂ ਇਹ ਤਾਂ ਦੱਸ ਪਤਾ ਨਹੀਂ ਟੂਰ ਤੋਂ ਆ ਕੇ ਮੁਕੱਦਸ ਕਮਲੀ ਹੋ ਗਈ ਪਾਗਲ ਹੋ ਗਈ ਮੁਕੱਦਸ ਤੈਨੂੰ ਅੱਜ ਹੀ ਸ਼ੇਅਰ ਲੈ ਜਾਂਦੇ ਹੱਸੀ ਦਾ ਨਹੀਂ ਹੁੰਦਾ ਬਹੁਤਾ ਚਲੋ ਜੀ ਮੈਂ ਹੁਣ ਪਾਣੀ ਪੀ ਲਵਾਂ ਮੁਕੱਦਸ ਤੋਂ ਹੁਣ ਸ਼ਰਮਾ ਰਹੀ ਆ ਸਨ ਲੱਗੀ ਅੱਜ ਮਾਸ਼ਾਅੱਲਾ ਜੀ ਬੜੇ ਦਿਨਾਂ ਬਾਅਦ ਜਾ ਕੇ ਨਾ ਅਤੇ ਘਰ ਦਾ ਖਾਣਾ ਜਿਹੜਾ ਨਹੀਂ ਸੀ ਹੁਣ ਕਿਉਂਕਿ ਅੱਗੇ ਹੋਟਲ ਦਾ ਤੁਹਾਨੂੰ ਪਤਾ ਕਿੰਨੇ ਦੇ ਮਸਾਲਿਆਂ ਵਾਲੇ ਮਸਾਲਿਆਂ ਨੇ ਨਾ ਸਾਲਣ ਹੁੰਦੇ ਵਾ ਅਤੇ ਫਿਰ ਨਾ ਤਬੀਅਤ ਖਰਾਬ ਹੋ ਜਾਂਦੀ ਬੇਦੇ ਖਰਾਬ ਹੋ ਜਾਂਦੇ ਆ ਅਤੇ ਹੁਣ ਜਿਹੜਾ ਘਰ ਦੀ ਅਲਹਮਦੁਲਿਲਾ ਖਾਵਾਂਗੇ ਔਰ ਜਿਹੜੀ ਉਹਨੂੰ ਸਬਜ਼ੀ ਇਹ ਮੈਂ ਨਾ ਕਿ ਮਸਾਲੇ ਮਸੂਲਾ ਭੁੰਨਣਾ ਨਹੀਂ ਹੈਗਾ ਹਰ ਸ਼ੈਅ ਮੈਂ ਵਿੱਚ ਪਾ ਦੇਣੀ ਹੈ ਪਾ ਕੇ ਅਤੇ ਖੁਸ਼ਕ ਮਸਾਲੇ ਵੀ ਆਇਲ ਵਗੈਰਾ ਸਬਜ਼ੀ ਹਰ ਚੀਜ਼ ਪਾ ਦਿੱਤੀ ਹਰੇ ਮਸਾਲੇ ਅਤੇ ਸਬਜ਼ੀ ਪਾ ਦਿੱਤੀ ਹੈ ਬਾਕੀ ਮਸਾਲੇ ਜਿਹੜੇ ਖੁਸ਼ਕ ਅਤੇ ਆਇਲ ਪਾਣੀ ਵਾਲਾ ਚਾਰ ਪੰਜ ਦਿਨ ਹੋ ਗਏ ਇਹਨਾਂ ਕਿਆਰੀ ਨੂੰ ਪਾਣੀ ਨਹੀਂ ਲੱਗਾ ਸੀ ਨਾ ਤਾਂ ਖੁਸ਼ਕ ਹੋਏ ਪਈਆਂ ਅਤੇ ਗੋਡੀ ਵੀ ਕਰ ਨਹੀਂ ਸਕਦੇ ਕਿਉਂਕਿ ਮਿੱਟੀ ਜਿਹੜੀ ਸਖਤ ਵਾ ਅੱਜ ਪਾਣੀ ਲਾਵਾਂਗੇ ਇਨਸ਼ਾਅੱਲਾ ਅਤੇ ਫਿਰ ਜਿਹੜੀ ਨਰਮ ਮਿੱਟੀ ਹੋ ਜੂਗੀ ਨਾ ਤਾਂ ਫਿਰ ਗੋਡੀ ਕਰਾਂਗੇ ਜਿਹੜਾ ਬਾਂਸ ਹੈ ਨਾ ਇਹ ਵੀ ਥੋੜ੍ਹਾ ਨਾ ਹਿੱਲ ਗਿਆ ਵਾ ਟੇਢਾ ਹੋ ਗਿਆ ਵਾ ਕਿਉਂਕਿ ਨੇਰੀ ਤਾਂ ਤੂਫਾਨ ਕਿੱਦਾਂ ਬਾਰਿਸ਼ ਆਈ ਸੀ ਤਾਂ ਕਰਕੇ ਅਤੇ ਹੁਣ ਇਹਦੇ 'ਤੇ ਨਾ ਬਜਰੀ ਪਾ ਕੇ ਤੈਨੂੰ ਮਜ਼ਬੂਤ ਕਰਾਂਗੇ ਤਾਂ ਕਿ ਨਾ ਦੂਸਰਾ ਬਿਲਕੁਲ ਸਿੱਧਾ ਹੋ ਜਾਵੇ ਦਰੱਖਤ ਵੀ ਬਿਲਕੁਲ ਅਲਹਮਦੁਲਿਲਾ ਜੀ ਸਾਰੇ ਮਸਾਲੇ ਜਿਹੜੇ ਨਾ ਮੈਂ ਹਾਲੇ ਇਕੱਠੇ ਕਰ ਰਹੀ ਹਾਂ ਅਤੇ ਔਰ ਨਾਲੇ ਮੈਂ ਸਾਰੇ ਭੈਣ ਭਾਈਆਂ ਕੋਲ ਇੱਕ ਰਿਕੁਐਸਟ ਕਰਦੀ ਹਾਂ ਕਿ ਇਕਰਾ ਮਨਸੂਰ ਸਿਸਟਰ ਨੇ ਔਰ ਉਹਨਾਂ ਦੇ ਨਾ ਚੈਨਲ ਬਣਾਇਆ ਹੋਇਆ ਯੂਟਿਊਬ 'ਤੇ ਤੁਸੀਂ ਜ਼ਰੂਰ ਵਿਜ਼ਿਟ ਕਰਨਾ ਔਰ ਬਹੁਤ ਅੱਛੀ ਅੱਛੀ ਵੀਡੀਓਜ਼ ਬਣਾਉਂਦੇ ਨੇ ਔਰ ਇਨਸ਼ਾਅੱਲਾ ਕਿ ਉਮੀਦ ਹੈ ਕਿ ਤੁਹਾਨੂੰ ਬਹੁਤ ਅੱਛਾ ਲੱਗੇਗਾ ਔਰ ਇਹਦਾ ਲਿੰਕ ਜਿਹੜਾ ਨਾ ਵੀਡੀਓ ਤੋਂ ਅਸੀਂ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਮੈਨੂੰ ਕਹਿਣਾ ਨਹੀਂ ਹੁੰਦਾ ਤੁਹਾਨੂੰ ਸਮਝ ਆ ਗਈ ਹੋਣੀ ਹੈ ਅਤੇ ਲੱਗ ਗਿਆ ਹੋਣਾ ਵਾ ਅਤੇ ਉੱਥੇ ਨਾ ਤੁਸੀਂ ਵਿਜ਼ਿਟ ਕਰਨੀ ਹੈ
ਜਿੱਦਾਂ ਕਿ ਮੇਰੇ ਭੈਣ ਭਾਈਆਂ ਨੂੰ ਪਤਾ ਕਿ ਮੈਂ ਨਾ ਅੱਜ ਕਾਲੀ ਤੋਰੀ ਜਿਹੜੀ ਨਾ ਉਹ ਸਾਲਨ ਬਣਾ ਰਹੀ ਹਾਂ, ਅਤੇ ਸਾਲਨ ਜਦੋਂ ਪੱਕੇਗਾ ਨਾ ਉਦੋਂ ਹੀ ਰੋਟੀ ਖਾਵਾਂਗੇ ਇਨਸ਼ਾਅੱਲਾ। ਅਤੇ ਅੱਜ ਦਾ ਵਲੋਗ ਦਾ ਇੱਥੇ ਐਂਡ ਕਰਦੇ ਹਾਂ। ਉਮੀਦ ਕਰਦੀ ਹਾਂ ਮੇਰੇ ਭੈਣ ਭਾਈ ਨੂੰ ਸਾਡਾ ਅੱਜ ਦਾ ਵਲੋਗ ਪਸੰਦ ਹੈ। ਸਾਡੇ ਚੈਨਲ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਔਰ ਆਪਣੀ ਫੈਮਿਲੀ ਨੂੰ ਸ਼ੇਅਰ ਕਰੋ। ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ, ਆਪਣਾ ਔਰ ਆਪਣੀ ਫੈਮਿਲੀ ਦਾ ਬਹੁਤ ਜ਼ਿਆਦਾ ਖਿਆਲ ਰੱਖਿਓ। ਅੱਲਾ ਹਾਫਿਜ਼, ਅੱਲਾ ਨਿਗਹਿਬਾਨ। ਔਰ ਆ ਗਈ ਜਿਹੜੀ ਮੇਰੀ ਛੋਟੀ ਬਾਲੀ।